ਤੁਸੀਂ ਵੇਖ ਰਹੇ ਹੋ ਚਾਂਜਟ ਐਨਆਰਆਈ ਨਿਊਜ਼ ਬਲਟਨ ਲੋ ਪੇਜ ਨੇ ਕੁਝ ਖਬਰਾਂ ਵਰਡ ਨਿਊਜ਼ ਤੋਂ ਚੀਨ ਨੂੰ 1 ਲੱਖ ਬਾਂਦਰ ਭੇਜੇਗਾ ਸ਼੍ਰੀਲੰਕਾ ਆਰਥਿਕ ਤੰਗੀ ਦਾ ਸਾਹਮਣਾ ਕਰ ਰਿਹਾ ਸ਼੍ਰੀਲੰਕਾ ਹੁਣ 1 ਲੱਖ ਬਾਂਦਰਾਂ ਦਾ ਐਕਸਪੋਰਟ ਕਰਕੇ ਆਪਣਾ ਗੁਜ਼ਾਰਾ ਚਲਾਏਗਾ ਇੱਕ ਰਿਪੋਰਟ ਦੇ ਮੁਤਾਬਿਕ ਸ਼੍ਰੀਲੰਕਾ ਆਪਣੀ ਆਰਥਿਕ ਸਥਿਤੀ 'ਚ ਸੁਧਾਰ ਦੇ ਲਈ ਚੀਨ ਨੂੰ 1 ਲੱਖ ਬਾਂਦਰ ਵੇਚਣ ਜਾ ਰਿਹਾ ਹੈ ਇਹ ਜਾਣਕਾਰੀ ਸ਼੍ਰੀਲੰਕਾ ਦੇ ਖੇਤੀਬਾੜੀ ਮੰਤਰੀ ਮਹਿੰਦਰ ਆਂਬਰਵੀਰਾ ਨੇ ਦਿੱਤੀ ਮੰਤਰੀ ਨੇ ਬਾਂਦਰ ਵੇਚਣ ਦੇ ਫੈਸਲੇ ਦੇ ਸਬੰਧ ਵਿੱਚ ਸਪਸ਼ਟੀਕਰਨ ਦਿੰਦੇ ਹੋਏ ਦੱਸਿਆ ਹੈ ਕਿ ਜੋ ਟੂਕ ਮਕਾਕਾ ਪ੍ਰਜਾਤੀ ਦੇ ਬਾਂਦਰ ਚੀਨ ਨੂੰ ਵੇਚੇ ਜਾ ਰਹੇ ਹਨ ਉਹ ਆਮ ਬਾਂਦਰ ਹਨ ਅਤੇ ਇਸ ਤਰ੍ਹਾਂ ਨਾਲ ਇਨਾਂ ਦੀ ਗਿਣਤੀ ਵਧ ਰਹੀ ਹੈ ਉਹ ਫਸਲਾਂ ਨੂੰ ਭਾਰੀ ਨੁਕਸਾਨ ਕਰ ਰਹੇ ਹਨ ਬਾਂਦਰ ਵੇਚਣ ਦੇ ਨਾਲ ਸ਼੍ਰੀਲੰਕਾ ਸਰਕਾਰ ਨੂੰ ਮੋਟੀ ਰਕਮ ਮਿਲੇਗੀ ਜਿਸ ਦੀ ਸਾਨੂੰ ਲੋੜ ਹੈ ਵੇਚੇ ਗਏ ਸਾਰੇ ਬਾਂਦਰ ਚੀਨ ਦੇ ਹਜ਼ਾਰ ਤੋਂ ਜ਼ਿਆਦਾ ਚੜੀਆਂ ਘਰਾਂ ਵਿੱਚ ਰੱਖੇ ਜਾਣਗੇ ਦੱਸ ਦਈਏ ਕਿ ਪ੍ਰੋਗਰਾਮ ਦੇ ਪਹਿਲੇ ਪੜਾਅ ਦੇ ਤਹਿਤ ਬਾਂਦਰਾਂ ਨੂੰ ਚੀਨ ਭੇਜਣ ਤੇ ਮੰਗਲਵਾਰ ਨੂੰ ਇੱਕ ਵਿਸ਼ੇਸ਼ ਚਰਚਾ ਹੋਈ ਮੀਟਿੰਗ ਵਿੱਚ ਦੱਸਿਆ ਗਿਆ ਹੈ ਕਿ ਚੀਨ ਵਿੱਚ ਵਰਤਮਾਨ ਬਾਂਦਰਾਂ ਦੀ ਆਬਾਦੀ ਲਗਭਗ 3 ਮਿਲੀਅਨ ਤੱਕ ਪਹੁੰਚ ਗਈ ਹੈ ਅਤੇ ਜਾਨਵਰ ਸਥਾਨਕ ਫਸਲਾਂ ਲਈ ਖਤਰਾ ਹਨ ਪ੍ਰੋਗਰਾਮ ਲਈ ਕਾਨੂੰਨੀ ਪ੍ਰਕਿਰਿਆ ਦਾ ਕਰਨ ਦੇ ਲਈ ਇੱਕ ਕਮੇਟੀ ਦੀ ਨਿਯੁਕਤੀ ਤੇ ਵਿਚਾਰ ਚਾ ਕੀਤੀ ਗਈ। ਲੋ ਵਾਦੇ ਹਾਂ ਅਗਲੀ ਖਬਰ ਵੱਲ ਪਾਕਿਸਤਾਨ ਵਿੱਚ ਜ਼ਮੀਨ ਖਿਸਕਣ ਕਾਰਨ ਦੋ ਅਫਗਾਨ ਨਾਗਰਿਕਾਂ ਦੀ ਮੌਤ ਦੱਬੇ ਗਏ ਵੀ ਟਰੱਕ ਉੱਤਰ ਪੱਛਮੀ ਪਾਕਿਸਤਾਨ ਦੇ ਸਰਹੱਦੀ ਕਸਬੇ ਤੋਰਖਮ ਨੇੜੇ ਇੱਕ ਪ੍ਰਮੁੱਖ ਹਾਈਵੇ ਤੇ ਮੰਗਲਵਾਰ ਸਵੇਰੇ ਇੱਕ ਵੱਡੀ ਜ਼ਮੀਨ ਖਿਸਕਣ ਕਾਰਨ ਘੱਟੋ ਘੱਟ ਦੋ ਅਫਗਾਨ ਨਾਗਰਿਕਾਂ ਦੀ ਮੌਤ ਹੋ ਗਈ ਅੱਠ ਹੋਰ ਜ਼ਖਮੀ ਹੋ ਗਏ ਅਤੇ ਲਗਭਗ 20 ਟਰੱਕ ਹੇਠਾਂ ਦੱਬ ਗਏ ਡਾਨ ਅਖਬਾਰ ਮੁਤਾਬਕ ਅਫਗਾਨਿਸਤਾਨ ਸਰਹੱਦ ਨੇੜੇ ਖੈਬਰ ਪਖਤਨ ਖਵਾ ਦੇ ਮੈਂਬਰ ਦਰੇ ਤੋਂ ਲੰਘਣ ਵਾਲੀ ਮੁੱਖ ਸੜਕ ਤੇ ਮੰਗਲਵਾਰ ਤੜਕੇ ਟਿੱਗਾਂ ਡਿੱਗ ਗਈਆਂ ਜਿਸ ਦੇ ਮਾਲੇ ਮਾਲੇ ਜਾ ਰਹੇ ਕਈ ਟਰੱਕ ਦਬ ਗਏ ਬਚਾਅ ਅਧਿਕਾਰੀਆਂ ਮੁਤਾਬਕ ਠਿੱਗਾ ਡਿੱਗਣ ਤੁਕਰਨ ਤੋਂ ਦੋ ਅਫਗਾਨ ਨਾਗਰਿਕਾਂ ਦੀ ਮੌਤ ਹੋ ਗਈ ਹੈ ਤੇ ਅਧਿਕਾਰੀ ਉਹਨਾਂ ਦੀਆਂ ਲਾਸ਼ਾਂ ਨੂੰ ਬਰਾਮਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਖਬਾਰ ਨੇ ਖੈਬਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਬਦੁਲ ਨਾਸਿਰ ਖਾਨ ਦੇ ਹਵਾਲੇ ਨਾਲ ਕਿਹਾ ਹੈ ਕਿ ਠਿੱਗਾ ਡਿੱਗਣ ਕਾਰਨ ਦੋ ਅਫਗਾਨ ਨਾਗਰਿਕ ਮਾਰੇ ਗਏ ਤੇ ਅਧਿਕਾਰੀ ਉਹਨਾਂ ਦੀਆਂ ਲਾਸ਼ਾਂ ਨੂੰ ਬਰਾਮਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਘੱਟੋ ਘੱਟ 8 ਲੋਕ ਜ਼ਖਮੀ ਹੋਏ ਹਨ ਅਤੇ ਉਹਨਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਹੈ ਹੋਰ ਅਧਿਕਾਰੀਆਂ ਨੇ ਦੱਸਿਆ ਹੈ ਕਿ ਜ਼ਮੀਨ ਖਿਸਕਣ ਦਾ ਮਲਬਾ ਬਹੁਤ ਵੱਡਾ ਸੀ ਅਤੇ ਬਚਾਅ ਕਾਰਜ ਵਿੱਚ ਭਾਰੀ ਮਸ਼ੀਨਰੀ ਦੀ ਮਦਦ ਲਈ ਜਾ ਰਹੀ ਹੈ ਇਹ ਘਟਨਾ ਪਾਕਿਸਤਾਨ ਨੂੰ ਅਫਗਾਨਿਸਤਾਨ ਦੇ ਨਾਲ ਜੋੜਨ ਵਾਲੀ ਮੁੱਖ ਸੜਕ ਤੇ ਵਾਪਰੀ ਇਸ ਦੌਰਾਨ ਅਧਿਕਾਰੀਆਂ ਨੇ ਇਹ ਵੀ ਦੱਸਿਆ ਹੈ ਕਿ ਜ਼ਮੀਨ ਖਿਸਕਣ ਤੋਂ ਤੁਰੰਤ ਬਾਅਦ ਅੱਗ ਲੱਗ ਗਈ ਕਿਉਂਕਿ ਟਰੱਕ ਡਰਾਈਵਰ ਗੈਸ ਚੁੱਲੇ ਤੇ ਸ਼ਾਇਦ ਸਹਰੀ ਲਈ ਖਾਣਾ ਬਣਾ ਰਹੇ ਸਨ ਹੁਣ ਅੱਗ ਕਾਬੂ ਹਟ ਹੈ ਲੋਕਾਂ ਦੇ ਅਗਲੀ ਖਬਰ ਵੱਲ ਆਸਟ੍ਰੇਲੀਆਈ ਨਾਗਰਿਕ ਤੇ ਸ਼ੱਕੀ ਚੀਨੀ ਜਾਸੂਸਾਂ ਨੂੰ ਜਾਣਕਾਰੀ ਦੇਣ ਦਾ ਦੋਸ਼ ਆਸਟ੍ਰੇਲੀਆ ਅਤੇ ਚੀਨ ਵਿਚਾਲੇ ਸਬੰਧ ਤਣਾਪੂਰਨ ਬਣੇ ਹੋਏ ਹਨ ਇਸ ਦੌਰਾਨ ਸਰਕਾਰੀ ਵਕੀਲਾਂ ਨੇ ਸੋਮਵਾਰ ਨੂੰ ਸਥਾਨਕ ਅਦਾਲਤ ਨੂੰ ਦੱਸਿਆ ਕਿ ਦੋ ਸ਼ੱਕੀ ਚੀਨੀ ਜਾਸੂਸਾਂ ਨੇ ਆਸਟ੍ਰੇਲੀਆ ਨੂੰ ਪਰਮਾਣੂ ਸ਼ਕਤੀ ਨਾਲ ਚੱਲਣ ਵਾਲੀਆਂ ਪੰਡੁੱਬੀਆਂ ਦਾ ਬੇੜਾ ਬਣਾਉਣ ਦੇ ਲਈ ਅਮਰੀਕਾ ਅਤੇ ਬ੍ਰਿਟੇਨ ਨਾਲ ਹੋਏ ਸਰਕਾਰੀ ਸਮਝੌਤੇ ਸਮੇਤ ਵਿਸ਼ਿਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਸਿਡਨੀ ਦੇ ਇੱਕ ਵਪਾਰੀ ਨੂੰ ਨਕਦ ਭੁਗਤਾਨ ਕੀਤਾ ਸ਼ੱਕੀ ਚੀਨੀ ਜਾਸੂਸਾਂ ਨੂੰ ਜਾਣਕਾਰੀ ਦੇਣ ਲਈ ਪੈਸੇ ਲੈਣ ਦਾ ਦੋਸ਼ੀ ਅਲੈਗਜ਼ੈਂਡਰ ਸਰਗੋ ਇੱਕ ਕਾਰੋਬਾਰੀ ਹੈ ਉਸ ਨੂੰ ਜੇਲ੍ਹ ਤੋਂ ਵੀਡੀਓ ਲਿੰਕ ਰਾਹੀਂ ਸਿਡਨੀ ਦੇ ਡਾਊਨਿੰਗ ਸੈਂਟਰ ਦੀ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਦਾਲਤ ਨੇ ਉਸ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਕਾਨੂੰਨ ਦੇ ਅਨੁਸਾਰ ਜਸੂਸੀ ਅਤੇ ਗੁਪਤ ਵਿਦੇਸ਼ੀ ਦਖਲਅੰਦਾਜ਼ੀ ਵਰਗੇ ਦੋਸ਼ਾਂ ਵਿੱਚ ਵੱਧ ਤੋਂ ਵੱਧ 15 ਸਾਲ ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ ਸਰਗੋ ਤੋਂ 2021 ਤੋਂ ਆਸਟ੍ਰੇਲੀਆ ਰੱਖਿਆ ਆਰਥਿਕ ਅਤੇ ਰਾਸ਼ਟਰੀ ਸੁਰੱਖਿਆ ਪ੍ਰਬੰਧਾਂ ਦੇ ਹੱਥ ਲਿਖਤ ਜਾਣਕਾਰੀ ਦੇ ਬਦਲੇ ਦੋ ਸ਼ੱਕੀ ਚੀਨੀ ਜਸੂਸਾਂ ਕੇਨ ਅਤੇ ਐਵਲਿੰਗ ਉਹ ਪੈਸੇ ਲੈਣ ਦਾ ਦੋਸ਼ ਹੈ